ਸਰਦਾਰ ਸੁਰਜੀਤ ਸਿੰਘ ਜਿਹੜੇ ਭਾਰਤੀ ਹਾਕੀ ਟੀਮ ਦੇ ਕਪਤਾਨ ਸੀ, ਓਲੰਪੀਅਨ ਸੀ, 7 ਜਨਵਰੀ 1984 ਨੂੰ ਬੀਬੀਪੁਰ ਦੇ ਕੋਲ ਇੱਕ ਸੜਕ ਹਾਦਸੇ ਵਿੱਚ ਡੈਥ ਹੋ ਗਈ ਸੀ। ਬਹੁਤ ਹੀ ਅੱਛਾ ਇਨਸਾਨ ਸੀਗਾ ਅਤੇ ਅਸੀਂ ਉਸ ਸਮੇਂ ਦੇ ਅਸੀਂ ਬਹੁਤ ਛੋਟੇ ਸੀਗੇ, ਲੇਕਿਨ ਖੇਡਦੇ ਜ਼ਰੂਰ ਸੀ। ਉਹਨਾਂ ਦੀ ਟੀਮ ਬੋਲਰਾਂ ਦੇ ਵੱਲੋਂ ਹਾਕੀ ਨਾਲ ਸੰਬੰਧਿਤ ਸੀਗੇ ਜਾਂ ਉਹਨਾਂ ਨੂੰ ਪਿਆਰ ਕਰਨ ਲੋਕਾਂ ਨੇ ਇੱਕ ਸੁਸਾਇਟੀ ਦਾ ਗਠਨ ਕੀਤਾ ਸੁਰਜੀਤ ਹਾਕੀ ਸੁਸਾਇਟੀ। ਉਹ ਸੁਸਾਇਟੀ ਗਠਨ ਕਰਕੇ ਅਸੀਂ ਹਰ ਸਾਲ ਉਹਦੇ ਨਾਂ ਦਾ ਇੱਕ ਟੂਰਨਾਮੈਂਟ ਕਰਾਉਣ ਲਈ ਸੋਚਿਆ ਸੀ। ਔਰ ਸੁਰਜੀਤ ਹਾਕੀ ਟੂਰਨਾਮੈਂਟ ਜਿਹੜਾ ਹਰ ਸਾਲ ਹੁੰਦਾ ਹੈ, ਪਿਛਲੇ 37 ਸਾਲ ਤੋਂ ਇਹ ਟੂਰਨਾਮੈਂਟ ਹੋ ਰਿਹਾ। ਹਿੰਦੁਸਤਾਨ ਦਾ ਨੰਬਰ 1 ਟੂਰਨਾਮੈਂਟ ਹੈ, ਗ੍ਰੇਡ 1 ਟੂਰਨਾਮੈਂਟ ਹੈਗਾ।